ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਅਤੇ ਮਾਸਟਰ ਜਾ ਰਹੇ ਹਾਂ ਅੰਮ੍ਰਿਤਸਰ ਨੂੰ, ਅੰਮ੍ਰਿਤਸਰ ਸਾਹਿਬ। ਅਤੇ ਇੱਥੇ ਆਪਾਂ ਲਾਈ ਆ ਬ੍ਰੇਕ, ਉਹ ਅਮਰੂਦ ਪਏ ਆ, ਅਤੇ ਅਮਰੂਦ ਅੱਧਾ ਕਿਲੋ ਆਪਾਂ ਕੱਟ ਕੇ ਅਤੇ ਖਾਣੇ ਆ, ਫਿਰ ਆਪਾਂ ਇੱਥੇ ਰਵਾਨਾ ਹੋਣੇ ਹਾਂ। ਮੌਸਮ ਧੁੰਦਲਾ ਧੁੰਦਲਾ ਹੋਇਆ। ਬ੍ਰੇਕ ਲਾਈ ਆ ਆਨੰਦ ਕਾਲਜ ਨੋਫ ਨਰਸਿੰਗ ਦੇ ਬਿਲਕੁਲ ਸਾਹਮਣੇ। ਇੱਦਾਂ ਕਾਰਾਂ ਲੈਂਸਰ ਲੱਗ ਜਾਂਦੀਆਂ ਵੀ ਸਾਰੀ ਅਮਰੂਦ ਜੋਨ ਆ। ਬੜੀਆਂ ਅੱਜ ਕਿਤੇ ਜਾਣਾ ਵਾ, ਪਿਛਲੇ ਤਿੰਨ ਐਤਵਾਰ ਤੋਂ ਦੋ ਐਤਵਾਰ ਤੋਂ ਇੱਦਾਂ ਹੋਣ ਡਿਆ ਵਾ। ਇਹ ਮੈਂ ਸ਼ਾਮਾਂ ਨੂੰ ਤਾਂ ਨੀ ਕਹਿੰਦਾ ਵੀ ਮੇਰਾ ਇੱਕ ਡਿਸੀਜਨ ਨੀ ਰਹਿਣ ਡਿਆ, ਮੈਨੂੰ ਪਤਾ ਨੀ ਹੁੰਦਾ ਵੀ ਮੈਂ ਜਾਣਾ ਕਿ ਨਹੀਂ ਜਾਣਾ। ਮੈਂ ਤਾਂ ਕਰਕੇ ਤੈਨੂੰ ਫੋਨ ਕਰਦਾ, ਤੈਨੂੰ ਸਾਡੇ ਨੂੰ ਫੋਨ ਕਰਨ ਲੱਗਾ ਹਾਂ ਵੀ ਸਵੇਰੇ ਚੱਲੀਏ, 7 ਵਜੇ ਚੱਲਾਂਗੇ ਕਿ ਹੁਸ਼ਿਆਰਪੁਰ ਦੇ ਅਗਲੇ ਬੰਨ ਜਾਣਾ ਵਾ। ਪਰ ਮੇਰਾ ਕਨਫਰਮ ਨਹੀਂ ਬਣ ਰਿਹਾ, ਅਗਲੇ ਸੰਡੇ ਜਾਵਾਂਗੇ। ਉਹ ਫਿਰ ਸ਼ਨੀਵਾਰ ਦਿਨੇ ਹੀ ਫਾਈਨਲ ਕਰਾਂਗੇ, ਫਿਰ ਮਨ ਜਰਾ ਵਾ ਹੋਏਦਾ ਮੈਂ ਕਰੂੰਗਾ ਨਾ ਫਾਈਨਲ। ਕਿਉਂਕਿ ਮੇਰਾ ਅੱਜ ਦਾ ਮੇਰਾ ਆਪਣਾ ਨਹੀਂ ਹੈਗਾ, ਮੈਂ ਤਾਂ ਨਾ ਜੋਰ ਨਹੀਂ। ਪਹਿਲਾਂ ਬੰਬੇ ਪੈਲਸ ਬਣਾਇਆ, ਫਿਰ ਮੈਂ ਬਣਾਇਆ ਗੁਰਦੁਆਰਾ ਸਾਹਿਬ, ਪੀਰ ਬਾਲਾ ਸਾਹਿਬ, ਹੁਸ਼ਿਆਰਪੁਰ ਤੋਂ ਅਗਲੇ ਬੰਨੇ ਆ। ਫਿਰ ਮੈਂ ਇੱਕ ਹੋਰ ਵੇਖਣ ਡਿਆ ਆਪਣੀ ਡੈਡੀ ਖੋਲ੍ਹ ਕੇ ਵੀ ਕਿਤੇ ਕਿਤੇ ਜਾ ਸਕਣਾ ਵਾ, ਪਰ ਗੱਲ ਕਿਤੇ ਵੀ ਨਹੀਂ ਬਣੀ। ਇਹ ਹਾਰ ਕੇ ਫਿਰ ਮੈਂ ਬੈਠਾ ਆਰਾਮ ਨਾਲ, ਜਦੋਂ ਉੱਧਰ ਮਾੜਾ ਦਾ ਫੋਨ ਆ ਗਿਆ ਵੀ ਕਿੱਥੇ ਪਹੁੰਚਿਆ ਮੈਂ, ਕਿਤੇ ਘਰ ਹੀ ਪਹੁੰਚਿਆ ਮੇਜ਼ ਤੇ। ਮੈਟਰੋ ਦਾ ਹੈਗਾ ਵਾ ਚੀਜ਼ ਬਣਾਈ ਆ ਜਿਹੜੀ, ਇਹ ਮੈਨੂੰ ਖਾਸ ਉਪਯੋਗੀ ਨੀ ਲੱਗਦੀ ਹਨਾ। ਲੋਕੀ ਆਪਣੀਆਂ ਗੱਡੀਆਂ ਚਲਾਈ ਜਾਂਦੇ ਆ, ਇੱਥੇ ਦੀ ਬੱਸ ਵਾਸਤੇ ਕੋਈ ਖਾਸ ਆ। ਵੇਖੋ ਕਾਰ ਵੀ ਆਉਣ ਡੀ ਆ, ਮੋਟਰਸਾਈਕਲ ਵੀ ਆਉਣ ਡਿਆ ਵਾ, ਕਦੀ ਕਦਾਈ ਉਹ ਮਹੀਨੇ 'ਚ ਇੱਕ ਵਾਰੀ ਆ ਕੇ ਚਲਾਨ ਕੱਟਣ ਆ ਜਾਂਦੇ ਆ, ਬਸ ਉਹ ਘੰਟਾ ਕੁ ਲਾ ਕੇ ਬਾਅਦ 'ਚ ਫਿਰ ਉਹਨਾਂ ਨੂੰ ਇਹ ਨਹੀਂ ਮਤਲਬ ਵੀ ਅਸੀਂ ਰੂਲ ਕਰਨੇ ਆ, ਉਹਨਾਂ ਨੇ ਮਤਲਬ ਕਮਾਈ ਕਰਨੀ ਆ, ਇਹ ਚੀਜ਼ ਚੱਲਣ ਡੀ ਆ। ਅਤੇ ਆਹ ਮੇਰੇ ਸਾਹਮਣੇ ਪੈਸੇ ਦੀ ਬਿਲਕੁਲ ਵੇਸਟ ਹੋਈ ਆ। ਇੱਥੇ ਦੀ ਰੇਲ ਗੱਡੀ ਦਾ ਬਣਾ ਦਿੰਦੇ ਆ, ਉਹ ਚੰਗੀ ਸੀ ਜਿਹੜੀ ਸੜਕ ਦੇ ਨਾਲ ਨਾਲ ਚੱਲਦੀ, ਜਿੱਦਾਂ ਸ਼ਿਲੋਂਗ ਸ਼ਿਲਾਂਗ ਵਗੈਰਾ ਥਾਵਾਂ ਚੱਲਦੀਆਂ ਵਾ। ਆਹ ਐਲੀਵੇਟਡ ਬ੍ਰਿਜ ਆ, ਪਰ ਆਪਾਂ ਥੱਲੇ ਹੀ ਰਹਿਣਾ ਕਿਉਂਕਿ ਅਸੀਂ ਬੱਸ ਸਟੈਂਡ ਲੱਗ ਜਾਣਾ। ਆ ਉੱਤੇ ਚੜੀ ਸੜਕ ਹੀ ਲੱਗਦੀ ਆ, ਤੇ ਕੋਈ ਖਤਰਾ ਨੀ ਮਹਿਸੂਸ ਹੁੰਦਾ, ਆ ਥੱਲਿਓ ਵੇਖੀ ਤੇ ਖਤਰਾ ਮਹਿਸੂਸ ਹੁੰਦਾ ਵਾ, ਕਿਉਂਕਿ ਇੰਜੀਨੀਅਰਿੰਗ ਆ, ਜਿਹੜੇ ਬੀਮ ਆ ਉਹ ਛੋਟੇ ਆ, ਬਾਕੀ ਤਕਨੀਕ ਨਾਲ ਖਲੋਤਾ ਵਾ। ਅੱਜ ਐਤਵਾਰ ਆ ਤਾਂ ਕਰਕੇ ਇੱਥੇ ਭੀੜ ਘੱਟ ਆ, ਨਹੀਂ ਤੇ ਆਹ ਅੱਧਾ ਰੋਡ ਮੱਲਿਆ ਹੁੰਦਾ ਵਾ ਟੈਂਪੂਆਂ ਨੇ, ਜਿਹੜੇ ਆਟੋ ਆ। ਲੱਭਿਆ ਭੂੰਡ ਜੇ, ਇਹ ਜਹਾਜ਼ ਘਾਟ ਇੱਧਰ ਲੰਘ ਗਿਆ ਵਾ, ਅਤੇ ਅਸੀਂ ਅਜੇ ਐਲੀਵੇਟਰ ਬ੍ਰਿਜ ਦੇ ਥੱਲੇ ਹੀ ਹਾਂ। ਆਹ ਪ੍ਰਾਚੀਨ ਮੰਦਿਰ ਆ ਰਾਮ ਤਲਾਈ ਮੰਦਿਰ ਇੱਧਰ, ਅਤੇ ਹੁਣ ਇਹ ਆ ਵੀ ਐਤਵਾਰ ਕੰਮ ਸੁੱਕੀ ਜਿਹਾ ਲੱਗਣ ਡਿਆ, ਸੁੱਕ ਜਿਹਾ ਲੱਗਣ ਡਿਆ ਗੱਡੀ ਚਲਾਉਣੀ। ਇੱਥੇ ਮੁੜਨਾ ਨਹੀਂ, ਇਹ ਨਹੀਂ ਬੱਸ ਸਟੈਂਡ ਵਾਲੀ, ਇਹੋ ਹੀ ਆ ਯਾ ਵੀ ਸੁੱਖ ਜਿਹਾ ਲੱਗਣ ਡਿਆ। ਇੱਥੇ ਥੋੜ੍ਹੇ ਜਿਹੇ ਹੈਗੇ ਆ ਜ਼ਿਆਦਾ, ਇਹ ਤਾਂ ਲੱਗਣ ਡਿਆ ਜਿੱਦਾਂ 1990-95 ਦੇ ਲਾਗੇ ਛਾਗੇ ਪਹੁੰਚ ਗਏ ਹਾਂ, ਹੈ ਨਹੀਂ ਆ। ਇਹ ਜਿੱਥੇ ਮਰਜ਼ੀ ਬ੍ਰੇਕ ਮਾਰ ਦਿੰਦੇ ਆ, ਬ
ਬਸ ਆਹ ਹੀ ਮੁੜਨਾ ਮਚਿਆ ਲੈਣ ਲੱਗੀ ਆ ਜੀ ਇਹਨਾਂ ਨੂੰ ਕੀ ਬੇਰੁਜ਼ਗਾਰੀ ਕਹੀਏ ਕਿ ਜਾਂ ਲੋਕਾਂ ਦਾ ਟ੍ਰੈਂਡ ਹੀ ਇੱਕ ਇੱਕੋ ਪਾਸੇ ਆ ਵੀ ਇਹ ਚੀਜ਼ ਸੌਖੀ ਆ ਹੱਥੀਂ ਕੰਮ ਨਹੀਂ ਕਰਨਾ ਕੋਈ ਅਤੇ ਇਹ ਕੰਮ ਸੌਖਾ ਵਾ ਅਤੇ ਇਹਨੂੰ ਫੜ ਲਓ ਆਪਾਂ ਦੇਖ ਲਓ ਬੈਟਰੀ ਨਵੇਂ ਨਵੀਂ ਚੀਜ਼ਾਂ ਆਈ ਜਾਣੀਆਂ ਵਾ ਆਹ ਬੱਤੀ ਤੇ ਜਾਪਦਾ ਮੈਨੂੰ ਇਹਦੀ ਨੰਬਰ ਪਲੇਟ ਹਰੀ ਆ ਇਹ ਤਾਂ ਵੇਖੋ ਫਿਰ ਰੋਡ 'ਤੇ ਤੁਸੀਂ ਆਮ ਬੰਦੇ ਦਾ ਲੰਘਣਾ ਮਨਾ ਹੈ ਉਹਨਾਂ ਤਿੰਨ ਤਿੰਨ ਲੈਣਾ ਲਾਈਆਂ ਤਿੰਨ ਤਿੰਨ ਅੱਗੇ ਵੀ ਤਿੰਨ ਸਾਈਡ ਤੇ ਵੀ ਤਿੰਨ ਟੈਂਪੂ ਬੈਟਰੀ ਵਾਲੇ ਬਸ ਵੀ ਕਾਰ ਲਾ ਕੇ ਨਾ ਪਾਰਕਿੰਗ ਜੇ ਇਹਨਾਂ ਚੜ ਜਾਓ ਠੀਕ ਆ ਵੇਖੋ ਹਾਲ ਚਾਰ ਚਾਰ ਮੰਜ਼ਿਲਾਂ ਦੋਵੇਂ ਬੰਨੇ ਜਦੋਂ ਬਾਹਰ ਨਿਕਲਿਆ ਸਾਫ਼ ਹੋਰ ਤਰ੍ਹਾਂ ਆਇਆ ਮੇਰੇ ਮੈਂ ਕਿਹਾ ਸਾਫ਼ ਹੋਰ ਤਰ੍ਹਾਂ ਆਇਆ ਆਈਡੀਆ ਬਾਜ਼ਾਰ ਹੈ ਕਾਹਦੀ ਚਲੋ ਆਈਡੀਆ ਬਾਜ਼ਾਰ ਬੜਾ ਪੁਰਾਣਾ ਪਰ ਆਹ ਨਿੱਕੇ ਲਾਏ ਆ ਆਹ ਕੂੜੇਦਾਨ ਨਿੱਕੇ ਲਾਏ ਆ ਉਹਨਾਂ 'ਚ ਕੂੜੇ ਨਹੀਂ ਪੂਰਾ ਹੋ ਰਿਹਾ ਬਰੀਕੀ ਬਹੁਤ ਹੈ ਜੀ ਸਮਾਨ ਦੀ ਬੰਦਾ ਮੁੱਕ ਜੂ ਸਮਾਨ ਨਹੀਂ ਮੁੱਕਦਾ 10 ਮਿੰਟ ਲੱਗਣੇ ਅਸੀਂ ਖਾਣ ਲੱਗੇ ਹਾਂ ਦਹੀਂ ਭੱਲੇ ਆਈਡੀਆ ਮਾਰਕੀਟ ਦੇ ਵਿੱਚ ਇੱਥੋਂ ਟਿਫਨ ਲੈਣੀ ਅਸੀਂ ਰੋਟੀ ਪੈਕ ਕਰਨ ਵਾਲੀ ਟਿਫਨ ਉਹ ਲੱਭਣੀ ਆ ਦੁਕਾਨ ਇਹੋ ਜਿਹੇ ਦਹੀਂ ਭੱਲੇ ਅੰਮ੍ਰਿਤਸਰ ਹੀ ਮਿਲ ਸਕਦੇ ਆ ਹਨਾ ਘੱਟੋ ਘੱਟ ਅੰਬ ਸਾਂਭਣਾ ਪੈਣਾ ਤੁਹਾਨੂੰ ਇਹ ਚਟਨੀ ਪੁਦੀਨੇ ਦੀ ਅੰਦਰ ਪਾਉਣਾ ਫਿਰ ਮੌਕੇ ਆ ਕਿਆ ਭਾਅ ਖਾਦੇ ਆ ਅੱਛਾ ਹੁੰਦੇ ਰੋਜ਼ ਕਿ ਫਿਰਦੇ ਰਹਿੰਦੇ ਨਜ਼ਾਰੇ ਬਣਦੇ ਹੋਣੇ ਇੱਥੇ ਹੁਣ ਸਮਾਨ ਲੈ ਲਈਏ ਇੱਥੇ ਉਹ ਡੱਬਿਆਂ ਦੇ ਰੇਟ ਰੂਟ ਅਸੀਂ ਵੇਖੇ ਉਹ ਪਰਚੂਨੀ ਹਿਸਾਬ ਨਾਲ ਮੇਰ ਫਿਰ ਮਹਿੰਗੇ ਹੁੰਦੇ ਆ ਤੁਸੀਂ ਦੁਕਾਨਦਾਰੀ ਲਿਹਾਜ ਨਾ ਕਰੋ ਕਿ ਫਿਰ ਤੁਸੀਂ ਬਚਣਾ ਉੱਦਾਂ ਢੇਰ ਹੀ ਲੱਗੇ ਹੁੰਦੇ ਪਰਸਾਂ ਦੇ ਵੇਖੋ ਇੱਥੇ ਦੇ ਕਿੱਦਾਂ ਇਹ ਮਾਹੌਲ ਚੱਲਿਆ ਹੈਗਾ ਵਾ ਚਲੋ ਇੱਥੋਂ ਪਿੰਡ ਹੀ ਆਈਡੀਆ ਬਾਜ਼ਾਰ 'ਚੋਂ ਪੀਜ਼ਾ ਪੀਜ਼ਾ ਭਾਅ ਤੂੰ ਬਣੀ ਪਤਾ ਨਹੀਂ ਪਤਾ ਨਹੀਂ ਮੈਨੂੰ ਲੈ
ਇੱਕ ਬਣਾ ਦਿਓ ਇੱਕ, ਜਾਂ ਅਨਾਨਾਸ ਦਾ ਜੂਸ ਕਹਿ ਲਵੋ। ਇਹ ਵੀ ਇੱਕ ਨਵੀਂ ਚੀਜ਼ ਹੈ, ਮੈਂ ਮਾਸੂੰਗਾ ਤੁਸੀਂ ਪੀ, ਕਿਉਂਕਿ ਇਹ 'ਚ ਮਿੱਠਾ ਪਾਉਂਦੇ ਆ ਅਤੇ ਮੈਨੂੰ ਮਿੱਠਾ ਨਹੀਂ ਚਾਹੀਦਾ। ਇਹ ਵੀ ਤੁਹਾਨੂੰ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਮਿਲੇਗਾ। ਗਰਮੀਆਂ ਪੂਰੇ ਚੰਡ ਕੱਢੇ, ਪੂਰੇ ਚੰਡ ਆਈਡੀਆ ਮਾਰਕੀਟ 'ਚ ਨਾ। ਮੈਂ ਆਪਣੇ ਧਾਰੀਵਾਲ ਦੀ ਗੱਲ ਕਰਾਂ, ਮੈਂ ਕਿੰਨੇ ਦੁਕਾਨਦਾਰ ਵੇਖੇ ਆ ਇੱਥੇ ਅੱਜ ਜਿਹੜੇ ਇੱਥੋਂ ਸਮਾਨ ਇਕੱਠਾ ਕਰਨ ਡੇ ਆ। ਵੀ ਪ੍ਰਚੂਨ ਦੀ ਥੋਕ ਦੀ ਇਹ ਮਾਰਕੀਟ ਆ, ਪ੍ਰਚੂਨ ਦੀ ਮਾਰਕੀਟ ਨਹੀਂ ਆ ਉੱਦਾਂ, ਪਰ ਜੇ ਤੁਸੀਂ ਪ੍ਰਚੂਨ ਵਿੱਚ ਵੀ 4-5-10 ਚੀਜ਼ਾਂ ਇਕੱਠੀਆਂ ਲੈਂਦੇ ਜੀ, ਫਿਰ ਤੁਹਾਨੂੰ ਉਹ ਦੁਕਾਨ ਵਾਲਾ ਰੇਟ ਹੀ ਲੱਗ ਜਾਂਦਾ ਵਾ। ਅਤੇ ਸਮਾਨ ਲਗਭਗ ਸਾਰਾ ਹੀ, ਜਿੰਨਾ ਵੀ ਕੋਸਮੈਟਿਕ, ਜਿੰਨਾ ਮਨਿਆਰੀ ਕੋਸਮੈਟਿਕ, ਪਲਾਸਟਿਕ, ਹਰ ਇੱਕ ਚੀਜ਼ ਮਿਲ ਜਾਂਦੀ ਆ। ਡੱਬੇ ਸਾਨੂੰ ਤਾਂ ਨਹੀਂ ਮਿਲੇ ਉਹ ਰੋਟੀ ਵਾਲੇ, ਤਾਂ ਕਿ ਉਹ ਅਸੀਂ ਦੋ ਹੀ ਲੈਣੇ ਸੀ ਅਤੇ ਦੋ ਵਿੱਚ ਮੇਰੇ ਸਾਨੂੰ ਇੰਟਰਸਟ ਬਹੁਤ ਲੈਂਦੇ ਹੀ ਨਹੀਂ ਆ। ਇੱਦਾਂ ਦਾ ਮਾਹੌਲ ਚੱਲ ਰਿਹਾ, ਗਰਮੀ ਪੂਰੀ ਆ, ਇੱਦਾਂ ਦੇ ਭੀੜੀਆਂ ਭੀੜੀਆਂ ਗਲੀਆਂ ਵਿੱਚ ਅੰਮ੍ਰਿਤਸਰ ਬੜਬੜ ਤਕੜੇ ਕੰਮ ਆ ਜਿਨ੍ਹਾਂ ਦੇ ਕੰਮ ਹੈਗੇ ਆ। ਅਤੇ ਸੱਚੀ ਗੱਲ ਆ, ਜਿਹੜੀ ਆਹ ਗਲੀਆਂ ਦੇ ਅੰਦਰ ਜਿਹੜੇ ਬੈਠੇ ਆ ਨਾ, 3-3 ਮੰਜ਼ਿਲਾਂ ਤਾਂ ਨੂੰ ਆ, 4-4 ਮੰਜ਼ਿਲਾਂ ਤਾਂ ਨੂੰ, ਅਤੇ ਸਾਹ ਹੀ ਨਹੀਂ ਆਉਂਦਾ ਬੰਦੇ ਦਾ। ਜਦੋਂ ਬਾਹਰੋਂ ਜਾ ਕੇ ਯਕਦਮ ਅੰਦਰ ਨੂੰ ਜਾਈਏ ਤਾਂ ਫਿਰ ਪਤਾ ਲੱਗਦਾ ਵੀ ਸਾਹ ਨਹੀਂ ਆਉਂਦਾ, ਜਿਹੜੇ ਅੰਦਰ ਬੈਠੇ ਹੁੰਦੇ ਅੰਦਰ ਨਾ ਬੈਠੇ ਆ। ਅਤੇ ਮੈਂ ਤਾਂ ਉੱਥੇ ਬਹਿ ਕੇ ਇਹੋ ਸੋਚਦਾ ਰਿਹਾ ਵੀ ਇਹਨਾਂ ਦੇ ਕਦੇ ਆਕਸੀਜਨ ਦੀ ਕਮੀ ਨਾ ਹੋ ਜੇ, ਇਹਨਾਂ ਨੂੰ ਸਿਲੰਡਰ ਰੱਖਣੀ ਚਾਹੀਦੀ। ਆਪਣੇ ਦਾ ਮਾਹੌਲ ਆ, ਮਾਸਟਰ ਨਿਕਲ ਕੇ ਆਉਂਦਾ ਵਾ, ਸਾਹ ਹੀ ਨਹੀਂ ਆਉਂਦਾ ਇੱਦਾਂ ਦਾ ਮਾਹੌਲ ਹੈਗਾ। ਬਾਜ਼ਾਰ ਬੰਦ ਆ, ਅਤੇ ਬਾਜ਼ਾਰ ਬੰਦ ਆ ਅਤੇ ਆ ਰੇਹੜੀਆਂ ਅੰਬਾਂ ਵਾਲੀਆਂ ਸਾਰੀਆਂ ਹੀ ਰੇਹੜੀਆਂ ਲਾ ਤੀਆਂ ਉਹਨਾਂ ਨੇ, ਬਿਲਕੁਲ ਨਿਯਮਾਂ ਦੇ ਉਲਟ ਲੈਨ ਲਾ ਤੀ। ਪਿੱਛੇ ਵੀ ਇੱਦਾਂ ਲੱਗੀ ਆ ਲੈਨ, ਜੇ ਪਿੱਛੇ ਦੇਖਣਾ ਜੀ ਇੱਦਾਂ ਮਗਰ ਲੈਨ ਲੱਗੀ ਆ। ਇਹ ਵੇਖ ਕੇ ਦੁੱਖ ਇਹ ਹੁੰਦਾ ਵਾ ਵੀ ਰੂਲ ਚੱਲਦੇ ਨਹੀਂ ਆ, ਰੂਲ ਚਲਾਉਣੇ ਚਾਹੀਦੇ ਆ। ਘੱਟੋ ਘੱਟ ਸ਼ਹਿਰ ਦੇ ਵਿੱਚ ਚਲਾਓ, ਇੱਕ ਸ਼ਹਿਰ 'ਚ ਚਲਾ ਲਓ, ਨਹੀਂ ਤਾਂ 50% ਚਲਾਓ। ਜਦੋਂ ਸਰਕਾਰ ਹੀ ਆਪਣੇ ਰੂਲ ਨਹੀਂ ਚਲਾਉਂਦੀ ਅਤੇ ਸਰਕਾਰ ਕਹਿ ਦਿੰਦੇ ਆ ਵੀ ਲੋਕ ਨਹੀਂ ਮੰਨਦੇ, ਲੋਕ ਕਹਿ ਦਿੰਦੇ ਆ ਵੀ ਸਰਕਾਰ ਨਹੀਂ ਚਲਾਉਂਦੀ। ਪਰ ਮਸਲਾ ਦੇ ਵਿੱਚ ਇਹ ਆ ਵੀ ਜੇ ਸਰਕਾਰ ਰੂਲ ਚਲਾਵੇ ਤਾਂ ਰੂਲ ਚੱਲਦੇ ਆ, ਜੋ ਸਰਕਾਰ ਚਾਹੇ ਉਹ ਹੋ ਸਕਦਾ ਵਾ। ਮੈਂ ਇਹ ਕਹਿੰਦਾ ਵਾ ਲੋਕਾਂ ਦੀ ਕੋਈ ਜ਼ਰੂਰਤ ਨਹੀਂ ਕਿ ਕਿਸੇ ਦੀ ਕੰਧ ਪਾਉਣ ਦੀ, ਡਸਟਬਿਨ ਭੰਨਣ ਦੀ, ਬੱਤੀਆਂ ਭੰਨਣ ਦੀ, ਸੜਕਾਂ ਦੇ ਰੂਲ ਤੋੜਨ ਦੀ, ਜੇ ਸਰਕਾਰ ਨੇ ਕੋਈ ਨਿਯਮ ਚੱਜ ਨਾਲ ਚਲਾਇਆ ਹੋਵੇ। ਹਾਂ, ਪਰ ਇਹ ਨਾ ਹੋਵੇ ਵੀ ਸਰਕਾਰ ਦੇ ਮੰਤਰੀ ਦਾ ਬੰਦਾ ਵਾ ਅਤੇ ਉਹਨੂੰ ਛੱਡ ਦਿਉ, ਦੂਜੇ ਨੂੰ ਰਕੜ ਦਿਉ। ਇਹ ਨਾ ਹੋਵੇ ਤਾਂ ਫਿਰ ਮੈਂ ਨਹੀਂ ਕਹਿੰਦਾ ਵੀ ਰੂਲ ਜਿਹੜੇ ਆ ਨਹੀਂ ਚੱਲਦੇ, ਰੂਲ ਚੱਲਦੇ ਆ। ਸਰਕਾਰ ਬਕਾਇਦਾ ਜੁਰਮਾਨੇ ਲਾਵੇ, ਸਭ ਕੁਝ ਚੱਲਦਾ ਵਾ। ਬਾਹਰਲੇ ਦੇਸ਼ਾਂ ਦੇ ਬੰਦੇ ਹੁਣ ਮੰਗਲ ਧਰਤੀ ਦੇ ਹੈ ਨਹੀਂ ਆ, ਨਾ ਸ਼ੁਕਰ ਗ੍ਰਹਿ ਦੇ ਆ, ਨਾ ਹੀ ਚੰਦਰਮਾ ਦੇ ਆ, ਧਰਤੀ ਦੇ ਰਹਿੰਦੇ ਆ। ਅਤੇ ਉਹਨਾਂ ਨੂੰ ਸਾਡੇ ਬੰਦੇ ਮਾੜਾ ਕਹਿੰਦੇ ਆ ਵੀ ਇਹ ਬੰਦੇ ਧਾਰਮਿਕ ਨਹੀਂ ਆ, ਫਲਾਣੇ ਨਹੀਂ ਆ, ਢਿੰਗਰ ਨਹੀਂ ਆ। ਮੈਂ ਤਾਂ ਕਹਿੰਦਾ ਉਹ ਵੱਧ ਧਾਰਮਿਕ ਆ, ਸਗੋਂ ਜਿੰਨਾ ਉਹ ਸਤਿਕਾਰ ਕਰਨ ਡੇ ਆ ਆ ਪੰਛੀਆਂ ਵਾ, ਜਾਨਵਰਾਂ, ਪੰਛੀਆਂ ਦਾ, ਰੁੱਖਾਂ ਦਾ, ਉਹਨਾਂ ਸਤਿਕਾਰ ਇੱਥੇ ਹੈ ਹੀ ਨਹੀਂ ਆ। ਇੱਥੇ ਆ ਵੀ ਜੇ ਲੱਖ ਚੀਜ਼ ਤੁਰੀ ਫਿਰਨ ਡੀ ਆ ਅਤੇ ਜਿਹਦੀ ਫੜ ਕੇ ਪੂਜਾ ਕਰਤੀ ਉਹ ਸਤਿਕਾਰਯੋਗ ਆ, ਅਤੇ ਜਿਹਦੀਆਂ ਬਾਕੀ ਛੱਡ ਦਿਉ। ਇੱਥੇ ਇੱਦਾਂ ਹੀ ਆ। ਇੱਥੇ ਹੁਣੇ ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ ਆਉਣਾ ਸੀ, ਸਾਰਾ ਅੰਮ੍ਰਿਤਸਰ ਪੰਜਾਬੀ ਵਿੱਚ ਰੰਗਤਾ, ਥਾਂ ਥਾਂ 'ਤੇ ਬੋਰਡ ਲਾ ਤੇ, ਚੌਂਕ ਬਣਾ ਤੇ, ਸਾਫ਼ ਸੁਥਰੇ, ਪਰ ਕਿੱਥੋਂ ਜਿੱਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਸੀ ਬਾਕੀ 'ਚ ਏਰੀਆ ਉਹ ਉੱਦਾਂ ਹੀ ਆ। ਇਹ ਮੁਹਿੰਮਾਂ ਜਿਹੜੀਆਂ ਵਾ ਬੰਦ ਹੋਣ ਤਾਂ ਫਿਰ ਜਿਹੜੀ ਗੱਲ ਬਣਦੀ ਆ। ਲੈਂਦੇ ਇਹ ਕਿਹੜੇ ਅੰਬ ਆ? ਝੋਸਾ। ਅੱਛਾ, ਚਲੋ ਆਹ ਕੀ ਆ? ਲੁੱਚਾ। ਲੁੱਚਾ ਹਿਮਾਚਲ ਪ੍ਰਦੇਸ਼ ਦਾ ਲੁੱਚੇ ਨਹੀਂ ਲੁੱਚਾ। ਹਾਂ ਹਾਂ ਗੋਲਡਨ ਗੇਟ ਅੰਮ੍ਰਿਤਸਰ। ਹਾਂ
ਇਹ ਹੈ ਜੀ ਨਿਸ਼ਾਨੀ, ਜਲੰਧਰੋਂ ਆਓ ਬਟਾਲਿਓ ਆਓ ਅਤੇ ਅੰਮ੍ਰਿਤਸਰ ਦੀ ਇਹ ਨਿਸ਼ਾਨੀ ਆ। ਇਹ ਆ ਗਿਆ ਚੌਂਕ ਜਿੱਥੇ ਪਹਿਲਾਂ ਬ੍ਰਿਜ ਨਹੀਂ ਸੀ, ਹੁਣ ਬ੍ਰਿਜ ਆ। ਆਹ ਮੈਂ ਗੱਲ ਕਰਨ ਡਿਆ ਜਿੱਦਾਂ ਆਹ ਵੇਖੋ ਸਾਹਮਣੇ ਗੁਰਮੁਖੀ ਵਿੱਚ ਗੁਰਬਾਣੀ ਨੂੰ ਲਾ ਤਾ ਗਿਆ ਵਾ, ਜਦੋਂ ਇੱਥੇ ਕੋਈ ਮੀਟਿੰਗ ਹੁੰਦੀ ਹੈ ਨਾ ਕੋਈ, ਉਦੋਂ ਉਨਾ ਕੁ ਏਰੀਏ ਨੂੰ ਡਿਵੈਲਪ ਕਰ ਦਿੰਦੇ ਆ ਅਤੇ ਬਾਕੀ ਏਰੀਆ ਉੱਦਾਂ ਹੀ ਰਹਿੰਦਾ ਵਾ। ਹੁਣ ਮੈਂ ਇੱਥੇ ਐਗਜਾਮਪਲ ਦੇਣਾ ਸੇਬ ਦੀ, ਕਿਉਂ ਮਾਠ ਜੀ ਸੇਬ ਆ ਉਹ ਇੱਕ ਬੰਨਿਓ, ਇੱਕ ਬੰਨਿਓ ਸੜਿਆ ਅਤੇ ਇੱਕ ਬੰਨਿਓ ਖਾਓ ਅਤੇ ਸੜੀ ਵਾਲੇ ਵੇਖ ਕੇ ਲੋਕ ਸਾਰਾ ਸਾਰਾ ਲੋਕਾਂ ਨੇ ਡੇਗ ਦੇਣਾ ਵਾ ਵੀ ਗਲਤੀ ਹੋਣਾ ਵਾ ਅਤੇ ਸਾਡਾ ਵਿਕਾਸ ਇੱਦਾਂ ਦਾ ਵਾ। ਸੇਬ ਦਾ 70% ਸੜਿਆ ਵਾ ਅਤੇ ਉਹ 30% ਨੂੰ ਸਹੀ ਕਰਕੇ ਨਾ ਅਤੇ ਕੁਝ ਦਿਨ ਵਾਸਤੇ ਹਰਿਆਲੀ ਆ ਤੇ ਸਿੱਧਾ ਉਹ ਬਣਿਆ ਇੱਥੇ, ਉਹ ਰਾਹ ਮੁੜੀ ਜਾਣਾ ਵਾ ਇਧਰਲੇ ਬੰਦੇ ਹਰਿਆਵਲ ਆ ਤੇ ਜਚਦੀ ਆ ਥੋੜਾ ਥੋੜਾ ਕੇਰਲਾ ਕੇਰਲਾ ਜਿਹਾ ਲੱਗਣ ਡਿਆ ਹਨਾ। ਜਦੋਂ ਅੱਗਾਂ ਦਾ ਸੀਜ਼ਨ ਸੀ ਸਾਰਾ ਅੱਗ ਲਾ ਕੇ ਫੂਕ ਛੱਡਿਆ ਸੀ ਜਨਤਾ ਨੇ ਅਤੇ ਹੁਣ ਹਰਿਆਵਲ ਹੋ ਗਈ ਆ। ਰੱਬ ਮੀਂਹ ਤਾਂ ਹੀ ਪਾਉਂਦਾ ਵਾ, ਕੰਮ ਸੈੱਟ ਕਰਤਾ ਸਾਰਾ। ਮੇਨ ਬ੍ਰੇਕ 6:21 ਟਾਈਮ ਹੋ ਗਿਆ ਵਾ ਅਤੇ ਅਸੀਂ ਬ੍ਰੇਕ ਲਾਉਣੀ ਆ ਐਸ ਕੇ ਢਾਬੇ 'ਤੇ, ਉੱਥੋਂ ਖਾਣੇ ਆ ਆਪਣੇ ਦਾਲ ਭੀ ਦਾਲ ਨਹੀਂ ਰਾਜਮਾਂਹ ਖਾਵਾਂਗੇ ਐਸ ਕੇ ਢਾਬੇ 'ਤੇ। ਪਹਿਲਾਂ ਵੀ ਤੁਹਾਨੂੰ ਦੱਸਤਾ ਇੱਥੇ ਨਵੀਨੀਕਰਨ ਹੋ ਚੁੱਕਿਆ, ਇੱਥੇ ਹੁਣ ਰਾਜਮਾਂਹ ਖਾਂਦੇ ਹਾਂ, ਇੱਦਾਂ ਖੁੱਲ੍ਹਾ ਡੁੱਲਾ ਕੰਮ ਆ। ਇੱਕ ਪਲਤੀ ਗਈ ਆ ਬਾਹਰ ਪੈਣ ਨੂੰ ਵੱਖਰਾ ਜਗਾੜਿਆ ਅਤੇ ਅੰਦਰ ਪੈਣ ਨੂੰ ਇਹ ਦਮਣਾ ਤੱਕ ਗਿਆ ਬਈ, ਏ ਸੀ ਫੁੱਲ ਸਿਸਟਮ ਕਰਤਾ ਗਿਆ ਸੈੱਟ। ਚਲੋ ਰਾਜਮਾਂਹ ਆਉਂਦਾ ਫਿਰ ਆਪਾਂ ਤੁਹਾਨੂੰ ਸ਼ੋਅ ਕਰਕੇ ਅਤੇ ਵੀਡੀਓ ਸਮਾਪਤ ਕਰਨੀ ਆ। 180 ਰੁਪਏ ਦਾ ਫੁੱਲ ਰਾਜਮਾਂਹ ਇੱਥੇ ਆ, ਪਲੇਨ ਰੋਟੀ 20 ਰੁਪਏ। ਪੁਰਾਣੇ ਢਾਬੇ ਦਾ ਵੇਖੋ 3 ਮਿੰਟ ਹੋਏ ਆ, 3 ਮਿੰਟ ਦੇ ਵਿੱਚ ਵਿੱਚ ਰਾਜਮਾਂਹ ਪੂਰੇ ਆ ਜੀ, ਬਾਲਟੀ ਬਹੁਤੀ ਉੱਚੀ ਨਹੀਂ ਆ, ਬਾਲਟੀ ਡੂੰਘੀ ਆ, ਮਤਲਬ ਬਹੁਤ ਜ਼ਿਆਦਾ ਉਹ ਨਹੀਂ ਆ ਵੀ ਪਾਰਟੀ ਲੋਕਾਂ ਦੀ ਇੱਥੇ ਹੁੰਦੀ ਪਾਰਟੀ, ਇੱਥੇ ਇਹ ਪਾਰਟੀ ਇੱਥੋਂ ਤੱਕ ਹੈਗੀ ਜੀ, ਆਹ ਵੇਖ ਲਓ ਭਾਈ ਇੱਥੋਂ ਤੱਕ ਆ। ਚਲੋ ਠੀਕ ਆ ਜੀ, ਸਾਡੀ ਹੁਣ ਵੀਡੀਓ ਸਮਾਪਤ ਆ ਜੀ ਐਸ ਕੇ ਢਾਬੇ 'ਤੇ, ਅਸੀਂ ਹੁਣ ਰਾਜਮਾਂਹ ਖਾਈਏ ਅਤੇ ਇੱਥੋਂ ਚੱਲੀਏ।